मन चंचल मन चंचल याते गए हो न जा मन चंचल याते गयो न जा गयो न जा सब ही पर
हरी इरफास मन चंचल मन चंचल याते गया चंचले
कारण सारी गुरबाणी दे कदी निगाह मारीए ते मन नहीं संबोधन करके बहुतियां गल्लां होईयां ने तो खलाई मन को लोवे परेशानी ही मन को लोवे ते अजीब गल है कि जिस मन को मनुख परेशान है उस मन बिना मनुख का सरदा भी नहीं। बिना मन तो गुजारा भी नहीं, कोई काम कंप्लीट नहीं होता, सफल नहीं होता जे मन शामिल ना हो। पर ਕਿੱਡੀ ਅਜੀਬ ਗੱਲ ਹੈ, ਇੱਥੇ ਦੁਰਾਹੇ 'ਤੇ ਆ ਖੜੇ ਹੋਇਆ, ਇੱਕ ਪਾਸੇ ਇਹ ਆਖਿਆ ਜਾ ਰਿਹਾ ਹੈ ਕਿ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਕੋ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। सब तो कीमती चीज जे रब ने मनुख नु दित्ती है, ते इसलिए इंदा नाम मनुख रखया है क्योंकि मन दे नाल संबंधित है। सब तो कीमती चीज जे लोड़ी दी चीज दित्ती है ते वो मन दित्ता है। एक पास ए आख्या जा रहा है ते दूजे पास ए भी आख्या जा रहा है के बिन मन मुए कैसे हर पाए, ना मन मरे न
ਨਾ ਕਾਰਜ ਹੋਏ ਮਨ ਵਸ ਦੂਤਾਂ ਦੁਰਮਤ ਦੋਏ। ਜੇ ਮਨ ਮਰ ਜਾਏ ਤਾਂ ਇਹਦਾ ਮਤਲਬ ਕੀਮਤੀ ਚੀਜ਼ ਮਰ ਗਈ, ਉਹਦੇ ਬਿਨਾਂ ਕੁਝ ਸਰਦਾ ਵੀ ਨਹੀਂ। ਕੁਝ ਐਸੇ ਮਸਲੇ ਹਮੇਸ਼ਾ ਸਾਹਮਣੇ ਆ ਜਾਂਦੇ ਨੇ। ਹੁਣ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ, ਉਹਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਮਨ ਨੂੰ ਮਾਰਨਾ ਹੈ, ਪਰ ਮਾਰਨ ਮਾਰਨ ਦੇ ਲਫਜ਼ ਵਿੱਚ ਅੰਤਰ ਹੈ। ਮਾਰ ਲਫਜ਼ ਜਿਹੜਾ ਹੈ ਉਹਦਾ ਅਰਥ ਇੱਕੋ ਨਾ। ਬਹੁਤ ਦੇਰ ਹੋਈ, 10-12 ਸਾਲ ਪਹਿਲਾਂ ਪਿਛਲੀ ਅਕੈਡਮੀ ਵਿੱਚ ਜਦੋਂ ਅੰਮ੍ਰਿਤ ਦੇ ਸੰਬੰਧ ਵਿੱਚ ਬੋਲ ਰਿਹਾ ਸਾਂ ਤੇ ਉਦੋਂ ਇੱਕ ਲਫਜ਼ ਆਏ ਸਨ ਕੁੱਠੇ ਦੇ ਸੰਬੰਧ ਵਿੱਚ ਬੋਲਦਿਆਂ, ਕਿ ਇੱਕ ਲਫਜ਼ ਨੇ ਮਾਰ 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 ਕੇ ਮਾਰ ਦਿੱਤਾ, ਉਦੋਂ ਇਹ ਲਫਜ਼ ਆਏ ਸਨ। ਇੰਨਾ ਮਾਰਿਆ ਕਿ ਮਾਰ ਮਾਰ ਕੇ ਮਾਰ ਮਾਰ ਕੇ ਮਾਰ ਦਿੱਤਾ। ਕਿ ਮੈਂ ਕਿਹਾ ਕਿੱਡੀ ਅਜੀਬ ਗੱਲ ਹੈ, ਇੰਨੀ ਵਾਰ ਮਾਰ ਮਾਰ ਲਫਜ਼ ਜਿਹੜਾ ਹੈ ਉਹ ਕਿਉਂ ਵੱਖ ਵੱਖ ਰੂਪਾਂ ਵਿੱਚ ਵਰਤਿਆ ਗਿਆ। ਪਹਿਲਾਂ ਜਿਹੜਾ ਮਾਰ ਹੈ ਉਹਦੇ ਨਾਲ ਮਰਿਆ ਨਹੀਂ, ਲਫਜ਼ ਮਾਰ ਹੀ ਹੈ। ਇਹਦਾ ਮਤਲਬ ਮਾਰ ਮਾਰ ਕੇ ਮਾਰ ਦਿੱਤਾ ਲਫਜ਼ ਜਿਹੜਾ ਉਹ ਇੱਕ ਉਹ ਮੰਜ਼ਿਲ ਹੈ ਮਾਰਨ ਦੀ, ਜਿਸ ਤੋਂ ਬਾਅਦ ਫਿਰ ਮਾਰਨ ਦੀ ਲੋੜ ਨਹੀਂ। ਪਹਿਲਾਂ ਮਾਰਨ ਦੀ ਲੋੜ ਹੈ, ਹੋਰ ਮਾਰੋ ਅਜੇ ਮਰਿਆ ਨਹੀਂ। ਆਪਾਂ ਕਈ ਵਾਰ ਦੇਖਦੇ ਹਾਂ ਦੁਸ਼ਮਣ ਦੇ ਹੱਥ ਸਮਾਂ ਆ ਜਾਏ ਨਾ, ਉਹ ਕਹਿੰਦਾ ਇਹਨੂੰ ਮਾਰੋ, ਫਿਰ ਕਹਿੰਦਾ ਹੋਰ ਮਾਰੋ, ਲਫਜ਼ ਮਾਰ ਹੀ ਹੈ, ਹੋਰ ਮਾਰੋ। ਕਿਉਂ? ਕਿਉਂਕਿ ਅਜੇ ਮਰਿਆ ਨਹੀਂ। ਮਾਰਨਾ ਤੇ ਮਾਰ ਮਾਰ ਕੇ ਮਾਰ ਦੇਣਾ, ਇਹ ਦੋ ਲਫਜ਼ ਵੱਖਰੇ ਨੇ। ਹੁਣ ਦੇਖਣਾ ਹੈ ਕਿ ਮਾਰਦਾ ਦੁਨੀਆਂ ਅੰਦਰ ਸੰਸਾਰ ਵਿੱਚ ਕਈ ਵਾਰ ਪਿਤਾ ਵੀ ਹੈ, ਦੁਸ਼ਮਣ ਵੀ ਮਾਰਦਾ, ਪਿਤਾ ਵੀ ਮਾਰਦਾ, ਕਈ ਵਾਰੀ ਨਾਰਾਜ਼ ਹੁੰਦਾ, ਬਾਪੂ ਵੀ ਮਾਰਦਾ। ਹੁਣ ਫਰਕ ਕੀ ਹੈ? ਦੁਸ਼ਮਣ ਮਾਰਦਾ ਮਾਰਨ ਲਈ, ਪਿਤਾ ਮਾਰਦਾ ਸੁਧਾਰਨ ਲਈ। ਦੋਵਾਂ ਦਾ ਫਰਕ ਪੈ ਗਿਆ ਨਾ, ਮਾਰਦਾ ਦੋਨੋਂ, ਮਾਰ ਲਫਜ਼ ਦੋਵਾਂ ਨਾਲ ਸੰਬੰਧਿਤ ਹੈ, ਦੁਸ਼ਮਣ ਮਾਰਦਾ ਮਾਰਨ ਲਈ, ਪਿਤਾ ਮਾਰਦਾ ਸੁਧਾਰਨ ਲਈ। ਉਹ ਮਾਰਦਾ ਮਾਰਨ ਲਈ, ਪਿਤਾ ਮਾਰਦਾ ਜੀਵਨ ਦੇਣ ਲਈ, ਇਹਨੂੰ ਚੰਗਾ ਜੀਵਣਾ ਆ ਜਾਏ, ਸੁਧਾਰ ਹੋਵੇ। ਪਰ ਮਾਰਦੇ ਦੋਨੋਂ ਹੀ ਨੇ, ਮਾਰਦਾ ਲਫਜ਼ ਦੋਵਾਂ ਨਾਲ ਸੰਬੰਧਿਤ ਹੈ। ਹੁਣ ਦੇਖਣਾ ਇਹ ਹੈ ਕਿ ਗੁਰੂ ਨੇ ਬਾਣੀ ਅੰਦਰ ਇਸ ਲਫਜ਼ ਨੂੰ ਕਿਸ ਰੂਪ ਵਿੱਚ ਵਰਤਣਾ ਹੈ। ਕਹਿੰਦੇ ਨੇ ਮਨ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਮੇਰੇ ਵੱਸ ਵਿੱਚ ਨਹੀਂ, ਗਹਿਹੋ ਨਾ ਜਾਏ। ਗਹਿਹੋ ਦਾ ਮਤਲਬ ਹੁੰਦਾ ਪਕੜ ਲੈਣਾ, ਮਾਰਨਾ ਨਹੀਂ, ਇੱਥੇ ਮਸਲਾ ਪਕੜ ਲੈਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਹੈ, ਮਨ ਚੰਚਲ ਜਾ ਤੇ ਗਹਿਹੋ ਨਾ ਜਾਏ। ਗਹਿਹੋ ਕਹਿੰਦੇ ਨੇ ਪਕੜਨਾ,
ਅਜੇ ਮਰਨ ਨਹੀਂ। ਹੁਣ ਲਫ਼ਜ਼ ਮਰਨ 'ਤੇ ਮੈਂ ਹੈਰਾਨ ਹੁੰਦਾ। ਅੱਜ ਆਪਾਂ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਵਿਚਾਰਨਾ ਚਾਹੁੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਲਾਈਨਾਂ ਨੇ ਜਿਹਦੇ ਵਿੱਚ ਹੈ ਮਨ ਮੈਂ ਮਤ ਮਨ ਮੈਂ ਮਤ ਮੈਂ ਗੱਲ ਮਿਕਦਾਰਾ। ਮਨ ਜਿਹੜਾ ਉਹਦੀ ਹਾਲਤ ਉਹਦੀ ਪੋਜੀਸ਼ਨ ਉਹਦਾ ਰੂਪ ਕੀ ਹੈ, ਜਿਵੇਂ ਮੈਂ ਮਤ ਅਮੋੜ ਕਿਸੇ ਦੀ ਮਤ ਨਾ ਲੈਣ ਵਾਲਾ, ਕਿਸੇ ਦੇ ਆਖੇ ਨਾ ਲੱਗਣ ਵਾਲਾ। ਮੈਂ ਮਤ ਜਿਹੜੀ ਮੇਰੀ ਮਤ ਹੈ ਬਸ ਮੈਂ ਉਸੇ ਮੁਤਾਬਕ ਚੱਲਾਂਗਾ। ਆਖੇ ਮਨ ਜਿਹੜਾ ਹੈ ਉਹਦੀ ਹਾਲਤ ਇਹ ਹੈ ਕਿ ਉਹ ਮੈਂ ਮਤ ਅਤੇ ਇੱਕ ਮੈਂ ਮਤ ਹੋਵੇ ਅਤੇ ਦੂਜੀ ਹੋਵੇ ਹਾਥੀ ਵਰਗੀ ਸ਼ਕਤੀ। ਜੇ ਕਮਜ਼ੋਰ ਵਿੱਚ ਮੈਂ ਮਤ ਹੋਵੇ ਨਾ ਉਹਦੀ ਬਾਹ ਫੜ ਕੇ ਕੋਈ ਰੋਕੇਗਾ, ਹਾਥੀ ਵਰਗੀ ਸ਼ਕਤੀ ਹੋਵੇ ਤਾਂ ਉਹਦੇ ਵਿੱਚ ਮੈਂ ਮਤ ਆ ਜਾਏ ਉਹਨੂੰ ਰੋਕੇ ਕੌਣ। ਮਨ ਮੈਂ ਮਤ ਮੈਗਲ ਮਿਕਦਾਰਾ, ਮੈਗਲ ਕਹਿੰਦੇ ਨੇ ਹਾਥੀ ਨੂੰ, ਉਹਦੇ ਵਿੱਚ ਐਡਾ ਮਿਕਦਾਰ ਭਾਵ ਉਹਦੀ ਇੰਨੀ ਇੰਨੀ ਸ਼ਕਤੀ ਹੈ ਕਿ ਹਾਥੀ ਵਰਗੀ। ਪਰ ਉੱਥੇ ਮਾਰ ਲਫ਼ਜ਼ ਹੈ, ਉਹ ਅਗਲੀ ਲਾਈਨ ਪੜ੍ਹੋ। ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ। ਗੁਰੂ ਦੇ ਹੱਥ ਵਿੱਚ ਅੰਕਸ ਹੈ, ਮਹਾਵਤ ਦੇ ਜਿਹੜਾ ਹਾਥੀ ਨੂੰ ਵਸ ਵਿੱਚ ਕਰਕੇ ਆਪਣੀ ਮਰਜ਼ੀ ਨਾਲ ਚਲਾਉਂਦਾ ਹੈ, ਹਾਥੀ ਦੀ ਮਰਜ਼ੀ ਨਹੀਂ ਚੱਲਣ ਦਿੰਦਾ, ਉਹਨੂੰ ਆਪਣੇ ਵਸ ਵਿੱਚ ਕਰਦਾ, ਉਹਨੂੰ ਮਹਾਵਤ ਕਹਿੰਦੇ ਨੇ। ਗੁਰੂ ਮਾਨੋ ਮਹਾਵਤ ਹੈ, ਉਹਦੇ ਹੱਥ ਵਿੱਚ ਹੈ ਗਿਆਨ ਦਾ ਅੰਕਸ। ਉਹਨੂੰ ਮਾਰਨਾ ਨਹੀਂ ਚਾਹੁੰਦਾ, ਮਾਰਦਾ ਹੈ, ਅੰਕਸ ਮਾਰ, ਪਰ ਲਫ਼ਜ਼ ਦੇ ਅਰਥ ਬਦਲ ਗਏ। ਗੁਰੂ ਹਾਥੀ ਨੂੰ ਮਾਰਨਾ ਨਹੀਂ ਚਾਹੁੰਦਾ ਪਰ ਅੰਕਸ ਮਾਰ ਰਿਹਾ ਹੈ ਜਿਵਾਲਣ ਵਾਸਤੇ, ਜੀਵਨ ਦੇਣ ਵਾਸਤੇ। ਗੁਰਬਾਣੀ ਹੈ ਗੁਰ ਅੰਕਸ ਮਾਰ ਜਿਵਾਲਣ ਹਾਰਾ ਮਨ ਮੈਂ ਮਤ ਮਹਿਕਲ ਮਿਕਦਾਰਾ। ਹੁਣ ਮਨ ਇੰਨਾ ਸ਼ਕਤੀਸ਼ਾਲੀ ਕਿਉਂ ਹੈ, ਕਿਉਂ ਨਹੀਂ ਬੱਸ ਵਿੱਚ ਆਉਂਦਾ, ਕਿਉਂ ਨਹੀਂ ਬੱਸ ਵਿੱਚ ਆਉਂਦਾ। ਮਨ ਬੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਗੁਰੂ ਹਾਲਾਂਕਿ ਆਵਾਜ਼ਾਂ ਦੇ ਰਿਹਾ ਅਤੇ ਕਹਿੰਦਾ ਹੈ ਬੱਸ ਆਣ ਹੋਵੇ ਜਾਣ ਇਸ ਮਨ ਕੋ, ਬਸ ਆਣੇ ਹੋਵੇ ਜਾਣ ਇਸ ਮਨ ਕੋ, ਮਨ ਬਾਸ਼ੇ ਜਿਉ ਨਿਤ ਵਾਉਂਦਿਆ ਦੁੱਖ ਰਹਿਣ ਵੇ ਵਿਹਾਣੀਆਂ। ਮੇਰੀ ਜੀਵਨ ਦੀ ਰਾਤ ਇਸੇ ਮਨ ਤੋਂ ਦੁਖੀ ਹੋ ਕੇ ਬੀਤ ਰਹੀ ਕਿਉਂਕਿ ਮੇਰੇ ਵਸ ਵਿੱਚ ਨਹੀਂ। ਇਹ ਕਿਉਂ ਵਸ ਵਿੱਚ ਨਹੀਂ? ਕਿਉਂਕਿ ਮੇਰੀ ਇਸ ਮਨ ਤੱਕ ਪਹੁੰਚ ਨਹੀਂ, ਮਨ ਤੱਕ ਪਹੁੰਚ ਨਹੀਂ। ਬਹੁਤ ਦੇਰ ਹੋਈ, ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਇਆ ਸੀ, ਕਬੀਰ ਜੀ ਦੀ ਜਦੋਂ ਲੜੀ ਚੱਲ ਰਹੀ ਸੀ, ਬਾਬਾ ਕਬੀਰ ਜੀ ਨੇ ਉੱਥੇ ਲਫ਼ਜ਼ ਆਖਿਆ ਨੇ ਕਿਉਂ ਲੀਜੇ ਗੜ ਬੰਕਾ ਬਹਾਈ ਦੋਵਰ ਕੋਟ ਤੇਵਰ ਖਾਈ ਪੰਜ ਪੱਚੀਸ ਮੋਹ ਮਦ ਮਦ ਸਰਾਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ। ਹੱਥ ਖੜੇ ਹੋ ਗਏ ਨੇ, ਕਹਾਂ ਕਰੋ ਰਗੜਾਇਆ, ਕੀ ਕਰਾਂ, ਮੇਰੇ ਵਸ ਵਿੱਚ ਨਹੀਂ ਹੋ, ਮੇਰੀ ਪਹੁੰਚ ਨਹੀਂ ਪੈਦਾ ਹੁੰਦੀ। ਤੇ ਕਹਿੰਦੇ ਨੇ ਪਹੁੰਚ ਕਿਉਂ ਨਹੀਂ ਪੈਦਾ ਹੁੰਦੀ? ਕਿਉਂਕਿ ਮਨ ਜਿਸ ਕਿਲੇ ਵਿੱਚ ਰਹਿੰਦਾ ਨਾ, ਉਸ ਕਿਲੇ ਦੀ ਰਖਵਾਲੀ ਵਾਸਤੇ, ਉਸ ਕਿਲੇ ਦੀ ਸਿਕਿਉਰਿਟੀ ਵਾਸਤੇ ਉਹਨੇ ਬੜੀ ਵੱਡੀ
ਅਤੇ ਬੜੀ ਮਜ਼ਬੂਤ ਫੌਜ ਤਿਆਰ ਕੀਤੀ ਹੋਈ ਹੈ। ਪੁਰਾਣੇ ਸਮੇਂ ਵਿੱਚ ਵੀ ਰਾਜੇ ਮਹਾਰਾਜੇ ਕਿਲ੍ਹੇ ਵਿੱਚ ਕਿਲ੍ਹੇਦਾਰ ਰੱਖਦੇ ਸਨ, ਉਹਨੂੰ ਸਾਰਾ ਕੁਝ ਸੌਂਪ ਦਿੰਦੇ ਸਨ ਵੀ ਇਸ ਕਿਲ੍ਹੇ ਦੀ ਸਿਕਿਉਰਿਟੀ ਦਾ ਤੂੰ ਜ਼ਿੰਮੇਵਾਰ ਹੈ, ਆਹ ਫੌਜ ਵੀ ਤੇਰੇ ਅਧੀਨ ਹੈ, ਆਹ ਸੰਤਰੀ, ਆਹ ਪਹਿਰੇਦਾਰ, ਆਹ ਅਸਲਾ, ਇਹ ਸਭ ਕੁਝ ਤੇਰੇ ਅਧੀਨ ਹੈ, ਪਰ ਇਸ ਕਿਲ੍ਹੇ ਵਿੱਚ ਕੋਈ ਦੁਸ਼ਮਣ ਨਹੀਂ ਆ ਸਕਦਾ। ਅਤੇ ਮਨ ਨੇ ਇੱਕ ਪਾਪ ਕੀਤਾ, ਉਹ ਇਹ ਕਿ ਆਪਣੀ ਮਜ਼ਬੂਤੀ ਲਈ ਉਹਨੇ ਕਾਮ ਨੂੰ ਉਸ ਕਿਲ੍ਹੇ ਦਾ ਕਿਲ੍ਹੇਦਾਰ ਬਣਾ ਦਿੱਤਾ, ਕਿਲ੍ਹੇ ਦਾ ਉਹਦੇ ਵਿੱਚ ਮਣ ਬੈਠੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ, ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਯਾਤੇ ਦਾ ਮਤਲਬ ਹੁੰਦਾ ਹੈ ਇਸ ਕਾਰਨ, ਇਸ ਕਰਕੇ, ਕਿਉਂਕਿ ਉਸ ਕਿਲ੍ਹੇ ਦਾ, ਜੀਵਨ ਦੇ ਕਿਲ੍ਹੇ ਦਾ ਜਿਹੜਾ ਕਿਲ੍ਹੇਦਾਰ ਹੈ ਨਾ, ਜਿੱਥੇ ਮਨ ਬੈਠਾ ਹੈ ਉਹ ਹੈ ਕਾਮ, ਬੜਾ ਭਿਆਨਕ ਹੈ। ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜਾਂ ਦਾ ਜ਼ਿਕਰ ਆਉਂਦਾ ਨਾ, ਉੱਥੇ ਕਾਮ ਦਾ ਪਹਿਲੇ ਸਭ ਤੋਂ ਆਉਂਦਾ, ਬੜਾ ਸ਼ਕਤੀਸ਼ਾਲੀ। ਇਹ ਤਾਂ ਹਾਥੀਆਂ ਨੂੰ ਵੀ ਵਸ ਵਿੱਚ ਕਰ ਜਾਂਦਾ, ਗੁਲਾਮ ਬਣਾ ਦਿੰਦਾ। ਬਾਬਾ ਕਬੀਰ ਜੀ ਨੇ ਆਖਿਆ, ਕਾਲਭੂਤ ਕੀ ਅਸਤਨੀ ਮਨ ਬੌਰਾ ਦੇ ਚਲਤ ਰਚੇ ਹੋ ਜਗਦੀਸ਼, ਕੰਮ ਸਵਾਏ ਗੱਜ ਬਸ ਪਰਿਓ ਮਣ ਬੌਰਾ ਰੇ ਅੰਕ ਸਹਿਓ ਅਸੀਸ। ਸਾਰੀ ਜ਼ਿੰਦਗੀ ਵੀ ਹਸਤੇ ਹਾਥੀ ਗੁਲਾਮ ਹੋ ਗਿਆ, ਇੱਥੇ ਬਸ ਨੇ ਇੰਦਰ ਵਰਗ ਇਹ ਆਪਣੀ ਰਸਨਾ ਤੋਂ ਕਿਉਂ ਬਾਣੀ ਅੰਦਰ ਇਹ ਗੱਲ ਆਖੀ ਗਈ। ਕਹਿਣ ਲੱਗੇ ਇੰਦਰ ਵਰਗੇ ਸੰਸਾਰ ਦੇ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਸਵਰਗ ਦੇ ਖਵਾਉਂਦੇ ਸਨ, ਉਹ ਵੀ ਗੌਤਮ ਨਾਰ ਇਸ ਪੈ ਗੌਤਮ ਤਪ ਤਪੀ ਇਹ ਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਦਰ ਦਰ ਭਟਕਦਾ ਰਿਹਾ ਤਾਂ ਮਨ ਪੁੱਛੋ ਤਾਂ ਆਇਆ। ਕਹਿਣ ਲੱਗੇ ਇੰਨੇ ਮਾਂ ਚੰਚਲ ਅਤੇ ਮਾਂ ਸ਼ਕਤੀਸ਼ਾਲੀ ਕਾਮ ਨੂੰ ਉਹਨੇ ਆਪਣੇ ਘਰ ਦਾ, ਆਪਣੇ ਕਿਲ੍ਹੇ ਦਾ ਫੌਜਦਾਰ ਬਣਾਇਆ, ਉਹਦੇ ਅਧੀਨ ਹੈ। ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਯਾਤੇ ਗਏ ਹੋ ਨਾ ਜਾਏ, ਇਸ ਕਾਰਨ ਮਨ ਨੂੰ ਮਨ ਤੱਕ ਮੇਰੀ ਪਹੁੰਚ ਕੋਈ ਨਹੀਂ। ਕਹਿੰਦੇ ਨੇ ਫਿਰ ਇੱਥੇ ਬਸ ਨਹੀਂ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਬੜਾ ਲੜਾਕਾ ਹੈ ਦੁੰਦਰ। ਕਹਿੰਦੇ ਨੇ ਲੜਨ ਭਿੜਨ ਨੂੰ ਹਮੇਸ਼ਾ ਤਿਆਰ ਰਹਿਣ ਵਾਲਾ, ਕਿਤੇ ਨਾ ਕਿਤੇ ਫਸਾਦ ਪਾਈ ਰੱਖਣ ਵਾਲਾ, ਕ੍ਰੋਧ ਦੀ ਇਹ ਹਾਲਤ ਹੈ। ਉਹਦੇ ਵਿੱਚ ਦਇਆ ਬਿਲਕੁਲ ਨਹੀਂ, ਜ਼ੁਲਮ ਹੀ ਜ਼ੁਲਮ ਹੈ। ਜਿੱਥੇ ਕ੍ਰੋਧ ਆ ਜਾਏ ਉੱਥੇ ਤੁਸੀਂ ਦਇਆ ਨਹੀਂ ਵੇਖੋਗੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ, ਕਾਲ ਮੂਲ ਕ੍ਰੋਧੰ ਕਦਨ ਚ ਕਰਨਾ ਨਾ ਉਪਰ, ਜਿੱਥੇ ਕਰਨਾ ਕਹਿੰਦੇ ਨੇ ਦਇਆ ਨੂੰ। ਹੇ ਕਲੇਸ਼ ਦੀ ਜੜ ਕ੍ਰੋਧ, ਜਿੱਥੇ ਤੂੰ ਆ ਵਸੇ ਉੱਥੇ ਕਰਨਾ ਦਇਆ ਤਾਂ ਰਹਿੰਦੀ ਨਹੀਂ। ਕਦਨ ਚ ਕਰਨਾ ਨਾ ਉਪਰ ਜਿੱਥੇ, ਤੇ ਇਹਨੇ ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਜਿਹੜਾ ਕ੍ਰੋਧ ਸੀ ਉਹਨੂੰ ਆਪਣੀਆਂ ਫੌਜਾਂ ਦਾ ਫੌਜਦਾਰ ਪ੍ਰਧਾਨ ਬਣਾ ਦਿੱਤਾ, ਤੇ ਬੜਾ ਲੜਾਕਾ ਹੈ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਤੈਂ ਮਨ ਮਾਵਾਸੀ ਰਾਜਾ, ਉੱਥੇ ਰਾਜਾ ਬਣ ਕੇ ਮਨ ਬੈਠਾ, ਮੇਰੀ ਪਹੁੰਚ ਕੋਈ ਨਹੀਂ। ਲਓ ਜਿੱਥੇ ਮੇਰੀ ਪਹੁੰਚ ਨਹੀਂ, ਮੈਂ ਉਹਨੂੰ ਕਿਵੇਂ ਵੱਸ ਵਿੱਚ ਕਰਾਂ। ਹੁਣ ਸਵਾਲ ਪੈਦਾ ਹੁੰਦਾ, ਕਦੇ ਵੀ ਇੱਕ ਖਿਆਲ ਕਰਿਓ, ਦੁਸ਼ਮਣ ਨੂੰ ਮਾਰ ਦੇਣਾ ਕੋਈ ਸਿਆਣਪ ਨਹੀਂ, ਕੋਸ਼ਿਸ਼ ਹੈ। ਦੁਸ਼ਮਣ ਨੂੰ ਮਾਰਿਆ ਉਦੋਂ ਜਾਂਦਾ ਹੈ ਜਦੋਂ ਉਹ ਵੱਸ ਵਿੱਚ ਨਾ ਹੋਵੇ। ਪਹਿਲੀ ਸਟੇਜ ਹੈ ਦੁਸ਼ਮਣ ਨੂੰ ਵੱਸ ਵਿੱਚ ਕਰਨਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ,
कहन लगे मारू मारन जो गए मार ना सकें गवार। गवार कहंदे ने मूर्ख जेडे मारू मारन वास्ते दुश्मन बन के मन दे घरों निकले तो जंगलों में चले गए। खोरी जंगलों में गया मन मर जाता है। सतगुण बाणी में आख्या ग्रह ताज बन खंड जाइए चुन खाइए कंधा अजो बेकार ना छोड़े पापी मन मंदा। ये वस विच ना रहा। कह लगे जड़ी चीज नहीं इन्हां कोल वरनी सी वह मारन दे ख्याल नाल इन्हां घर बार छड़िया कारोबार छड़िया परिवार छड़िया जंगलों में चले गए मन किसे तरह मर जाए। पर एक गवार मूर्ख ना समझ सके भी इं मन नहीं मरदा। मन विचारां दा संग्रह देखो कैसी डीपली गल समझा रहे ने। कहिंदे ने मारू मारन जो गए मार ना सकें गवार। ये मूर्ख मार नहीं सके एवें जंगलों में पटक दे रहा है घर बार छड़िया पर ये गवार मार ना सके। कहन लगे किवें मरदा है नानक ये मन मारी है गुर के गुर शब्दी विचार है। कि स्पष्ट लफज ने क्योंकि कहन लगे मन विचारां दा संग्रह है। मैं बहुत देर हुई एक बार किसी तन जिहड़ा है वह विहारां दा संग्रह है। विहार जिन्ने करता है वह तन करता है विचार जिन्ने करता है वह मन करता है। मन विचारां दा संग्रह है। कहन लगे विचारां नू विचारां नाल ही मारिया जा सकता है। किड्डी डीपली गल सी वो तो विचार है ठोस जां स्थूल चीज तो है नहीं मन जिन्हों तुसी किसे तलवार नाल मार लाओगे किसे तोप नाल मार लाओगे। इसे कारण है कि मन तक साड़ी पहुंच नहीं। सद्दू ने क्यों अपना अपनी रसना तो आख्या कहन लगे तन नू मारन नाल निमख निमख कर शरीर कटावे तब ही होमे मैल न जावे। जिवें जन तन नू जिन्ने मर्जी तसीए दे लै मन दा मन ते उंदा कोई असर नहीं। मन है विचारां दा संग्रह। जे मन नू वस विच करना चाहना है जे मन नू मारना चाहना है तो इको तरीका है कि विचार नाल विचार मारे जा सकते ने। लो कि स्पष्ट कर रहे हैं उन्दे नालों हमेशा जे दुश्मन नू मारना हो दुश्मन नालों ज़्यादा मजबूत विचार होने चाहिए ने। हुण साडे कोल ओह विचार नहीं जिंदे नाल असी मन नू वस विच कर सकीए। गुरु कोल ओह विचार ने जिंदे नाल मन वस विच हुंदा है। इसलिए कह दिता अपनी रसना तो कि मन मरे दारू जाने कोए ते किवें मरे मन शब्द मरे गुरु दे विचार। मैं इसलिए वस विच नहीं आ रहा क्योंकि गुरु विचार नाल विचार मरना है। मन विचारों का संग्रह है ते विचार ने विचार नू मारना है। मन ही मनसों लुझे जेड़ा आपस विच झगड़ा होना है फसाद होना है जेड़ा आपस विच विचार विचार गोष्ठी होनी झगड़े होने वो सारा मन ही नाल नाल होना है। मन ही नाल गोष्ठ होनी है मन ही नाल झगड़ा होना है मन ही नाल मसलत होनी है। क्योंकि ये विचारां दा संग्रह जे असी विचार शक्ति नहीं पैदा करांगे मन वस विच नहीं आवेगा। तो श्री गुरु ग्रंथ साहिब गुरु विचार शक्ति है। असी इत्थों विचार लैना होना है महाराज मन साडे कोल वस विच नहीं आ रहा इसलिए क्योंकि साडे विचार उंदे ते हावी नहीं हो रहे। तेरे विचार दे सामने वो टेक नहीं सकेगा। केड़ा स्पष्ट जा तरीका है।
थे, मारू मारन जोग है, मार ना सकेंगे वार, मूर्ख नहीं मार सकेंगे। क्यों? क्योंकि वो ये नहीं जानते नानक ये मन मारी है गुरु शब्द की विचार। गुरु शब्द की विचार जड़ी है वो मन की विचार उत्ते हावी हो जाएगी। इसलिए विचार नाल विचार मारी जा सकती है। वो तन तन की तरह तलवार नाल नहीं मारी जा सकती। और साडा अज का दुखांत की है, असी विचार की दुनिया विच गुरु को सहारा ले नहीं रहे। विचार की दुनिया विच इन्ने पछड़ चुके हैं कि असी किसी भी विचार तो गोष्ठी तो दौड़ रहे हैं। इस कारण साडा मन साडे वस विच नहीं, वो काम क्रोध लोभ मोह हंकार के अधीन हो चुका है। मन कोल वो शक्ति है जिसका सहारा लैके मन आकी होया बैठा है। साडे मन ते साडा असर कोई नहीं। इसलिए गुरु तेग बहादुर पातशाह जी ने एक गल आख दिती, कहन लगे मन चंचल याते गहो न जाए। मन चंचल है, वस विच नहीं, वो फकड़िया नहीं जा सकता। वस विच नहीं, ते वस विच क्यों नहीं? क्योंकि उस पापी ने अपने चौगिरदे अपने चुफेरे काम क्रोध लोभ मोह हंकार दी बड़ी वड्डी फौज बिठाई हुई है। पापी हिये मैं कम बसाए, मन चंचल याते गयो ना जाए। लो हुण आपां ये विचारना है कि गुरु ने इन्हां पंजां नूं ही दुश्मनां नूं मारना है। क्योंकि जिन्नी देर किले दे रखवाली करन वाले जेडे पांच काम क्रोध लोभ मोह हंकार ने ए नहीं मरदे, उन्नी देर मन नहीं मरता। पर हुण विचारना ए है कि पांच काम क्रोध लोभ मोह हंकार नू मार केड़ी देनी है, दुश्मन वाली जां पितावर। लो एथे असीं रुकना चाहते हैं। काम क्रोध लोभ मोह हंकार जे मर जान साडे सरेगा, ये भी आपां सवेरे विचारांगे। जे मन मर जाए साडा सरेगा, ये भी सवेरे विचारांगे। ना साडा मन बिना सरना, ना साडा काम क्रोध लोभ मोह हंकार बिना सरना है। ये सारिया चीजा लोड़ दियां ने, ये कोई असी नहीं पैदा कीतियां। जिन्ने पैदा किया उन्हें ये चीजा सानू नाल दित्तियां ने, सारिया कम दियां ने। इन्हें चीजों में कोई चीज भी नहीं छड़ी जा सकती। सिर्फ फर्क ये है कि मार मार के वस करना है। इत्थे इसीलिए गहो ना जाए दा लफज है। वस आने होवे जाने इस मन को है। मार लफज उस हद तक है जेड़ा मार मार के वस करदा है, मारदा नहीं, खत्म नहीं करदा। इन्ना मारो के मार 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 के मार देओ, ये तो दुश्मन की आवाज है। पर गुर अंकस मार जवालन हारा, ओ इस मार विच्चों जीवन दिंदा है। सो एक ख्याल करियो, अपन जिहड़ी सवेरे गल विचारनी है वो ये कि काम क्रोध लोभ मोह हंकार जीवन का हिस्सा ने, मन जीवन का हिस्सा है। ना मन मारना है,
ना काम क्रोध लोभ मोह हंकार मारने ने इन्हां नूं वश विच करना है। मार मारनी है लेकिन ओनी जिवें पिता मारदा है पर उन्हूं पिता दी मार जिहड़ी है उन्दा सुधार कर दी है। पर काम क्रोध लोभ मोह हंकार दा सुधार की है इन्हां सारियां चीज़ां दी लोड़ है। जे भला मैं गल करदा अपनी रचना तो गुरबाणी विच हर गल मौजूद है। जे भला काम ही खत्म हो जाए तो संसार की गिनती संसार की होंद खत्म हो जाएगी। रब भी गृहस्थी है, रब भी गृहस्थी है, उनका भी परिवार है। सतगुरु ने बाणी में आख्या ब्रह्म बिंद ते सब उत्पाती, जिनी उत्पना उत्पत्ति है जिनी पदायश है ये ब्रह्म बिंद तो पैदा हुई है। कि बिंद मारते हो गुरबाणी ने हर गल का जवाब बड़े खुलासे विच दिता है। कहन लगे बिंद राख जो तरीए भाई खुसरे क्यों ना परम गत पाई। फिर तो साढ़े नालों वड्डे महात्मा हो जाण। संसार की उत्पत्ति ताई चलेगी, संसार की गिनती हमेशा में जिवें अगे कई बार अर्ज की है कि यह सारा एक खेल है। वाहिगुरु तेरी सब रचना वाह वाह का बड़ा तमाशा खेल। तो खेल की हुंदा है पात्र बदलते ने बदल जाण खेड़ चलती रहती। पात्र बदलते ने अज मैं हाँ कल मैं नहीं मेरी थान ते कोई होर आ जाएगा। अज कोई दूजा है उनकी थान ते कोई तीजा आ जाएगा। संसार हमेशा रहिंदा है। ये खेड उनकी इन्नी अतुट है इस खेड नूं हमेशा कंटिन्यू रखन वास्ते काम दी लोड़ है। पर वश करना है। वश किवें करना है कि इनू ग्रस्त दी रस्सी नाल बन देना है। फर्क यो कारण है सारे गुरु ग्रस्ती होए ने। भाई गुरदास ने भी लिखता सर्वधर्म में ग्रस्त प्रधान है। वो एक रस्सी है, वो एक संगल है जिथे काम वर्गा महान योद्धा जिन्हें तिर पवन मेखली लाई जिन्हें तिना भवना तिना भवना लुट लिया किसे कोई उनके सामने खड़ा नहीं हो सकया। जोगी जंगम और सन्यास सब ही पर डारी एफास जिन्हें सारिया फा लिया। उसकी लोड़ भी है उन्होंने मारना भी देना है मारना भी नहीं वस विच करना है। तो वस विच क्यों करना है ग्रस्त दे संगल नाल सिख नू ग्रस्ती बना दे। क्रोध नू बड़ा भयानक है, बड़ा भयानक है। जिथे आ जाए उथे मौत ही मौत तांडव नाच होंदा है हर पासे जुल्म होंदा है। पर एक खर करो इनू मारना नहीं खत्म नहीं करना इनू वस विच करना है। फिर ये अणख बन जाएगा वीर रस बन जाएगा। महाराणा हिंदुस्तान दियां बहु बेटियां जे दुश्मन च उठा के लिया जा रहा सी ता अखी वेख के गुस्सा ना आउंदा क्रोध ना आउंदा। जिन्हां ने उन्हां दे कोलों छुड़ा के लैंदियां उन्हां दे मन अंदर भी क्रोध आया ही होएगा। आखिर गुस्सा आया ही होएगा। अणख बन जाती है वीर रस बन जाता है वह ही क्रोध जदों वस विच हो जाए। सो इस तरह आपां सवेरे विचारांगे कि एक ख्याल करो हर एक चीज़ जिहड़ी गुरु ने रब ने पैदा की है वो व्यर्थ नहीं। उन्हां दी लोड़ है सिर्फ लोड़ तो वध जदों कोई चीज़ भी हो जाए वो वस विच ना रहे कंट्रोल विच ना रहे। खाना कंट्रोल तो बाहर हो जाए वो बीमार कर दिंदा है। कोई चीज़ भी आते चली जाए वो बीमारी बन जाती है वो दुख बन जाती है।
इसे तरह काम क्रोध लोभ मोह अहंकार नूं भी मिकदार तो वध नहीं जान देना, इनूं वस विच रखना है, इनूं कंट्रोल विच रखना है। जिस दिन ये कंट्रोल तो बाहर हो गए उस दिन साढ़े जीवन लिए सदैवी जीवन लिए खतरा हो जाएगा। जिन्नी देर ये वस विच रहनगे काम क्रोध लोभ मोह अहंकार साढ़े करिंदे बन के रहनगे, साढ़े जीवन का सहारा साधन बन के रहनगे। ओही गल गुरु ने समझाई, कहन लगे मैं ये कहना जिस काम की वरतों करके मन आकी होया बैठा है तेरे वस विच नहीं, आ उन्हूं गए के दिखा, पकड़ ले वस विच कर ले। गैन का मतलब पकड़ना है, मारना नहीं। इसलिए गुरबाणी अंदर बहुत ही थावां ते गहन लफज आया है जां वश करन लफज आया है, उसका मतलब है पकड़ लेना। तो मैं कई बार कहना हुन्ना दुश्मन नूं मार देना कोई वड्डी गल नहीं, बल्कि उन्दे नाल तां इह है वी दुश्मन मरन वाला जिहड़ा उहनूं उहदे बंदे शहीद आखण लग पैंदे ने, उहदी पूजा होणी शुरू हो जांदी, शहीद हो गया जी। पर जे उस दुश्मन नूं फड़ लिया जाए, गिरफ्तार कर लिया जाए, बन लिया जाए, फिर दुश्मनों की पूरी पार्टी का सिर नीवा हो जाता, साढ़े बंदे फड़े गए, वो गौरव बन जाता है कि इन्हें इनकी फौज असी फड़ ली। तो इस तरह काम क्रोध लोभ मोह अहंकार मार देनी महानता नहीं, उन्हों वस विच कर लेना महानता है। इनका नाम है गए हो पकड़ना। तो साडा दुखांत की है, असी इस काम क्रोध लोभ मोह अहंकार के मन के सामने इन्ने विवश हो गए हैं कि उसनों असी फड़ नहीं सकते पाए। सतगुरु गुरु तेग बहादुर पातशाह जी ने इसलिए गल आख दी, कहन लगी पापी पापी ही ये मैं काम बसा, मन चंचल मन चंचल जाते गयो ना जा, मन चंचल जाते गयो ना जा, मन चंचल वस विच करना है तो पहला उनकी फौज नूं भी वस विच करना पेगा। तो फौज वस विच आई हुई नौकर बन जाती है, गुलाम हो जाती है, तुहाडी करिंदा बन जाती है। इसे तरह काम क्रोध लोभ मोह अहंकार नूं अपना करिंदा बनाउणा है, दुश्मन दा फौजदार नहीं रहण देना, वस विच करना है। तो वह होना है विचार रूपी मन नाल गुरु दे विचार रूपी संग्रह नूं सामने कर देना, विचार नाल विचार नूं मारना। मन सिर्फ जिहड़ा आकी होया ना वह अपने विचारां करके, मेरी गल मनदा नहीं, मन दे अपने विचार ने, जो मेरा मन चाहुंदा है मैं वह करांगा। पर जिस दिन गुरु दे विचारां दे अधीन हो गया उस दिन मन वस विच हो जाएगा। सतगुरु ने इहो गल बाणी विच आखी, कहन लगे मारू मारन जो गए मार ना सकै गवार, नानक ए मन मारी है गुरु शब्द दी विचार। गुरु शब्द दी विचार नाल मन नूं इहो जी मार मारनी है कि गुरु अंकस मार ज्वालन हारा, गुरु उस मन नूं अंकस मार के
ਗਿਆਨ ਅੰਕਸ ਨਾਲ ਜੀਵਨ ਦੇ ਦੇਵੇ, ਸਾਡਾ ਕਰਿੰਦਾ ਬਣਾ ਦੇਵੇ, ਸਾਡੇ ਵੱਸ ਵਿੱਚ ਕਰ ਦੇਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।